ਬਾਰੇ ਕਿ ਤੁਸੀਂ ਪਿਤਾ ਜੀ ਉਹ ਮਿਲ ਕੇ ਆਏ ਹੋ ਕਿ ਕਿੱਦਾਂ ਦੀ ਸਥਿਤੀ ਦੱਸੀ ਬਹੁਤ ਵਧੀਆ ਸਥਿਤੀ ਦੱਸੀ ਬਹੁਤ ਵਧੀਆ ਖਾਣਾ ਪੀਣਾ ਮਿਲਦਾ ਰਹਿਣ ਸਹਿਣ ਉਹਨਾਂ ਦਾ ਬਹੁਤ ਵਧੀਆ ਅੰਮ੍ਰਿਤਪਾਲ ਪਰਿਵਾਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਪਰਿਵਾਰ ਨੂੰ ਹੁਣ ਜਾਊਗਾ ਮਿਲਣ ਹੁਣ ਕਿਉਂਕਿ ਅੱਗੇ ਹੋ ਗਈ ਆ ਕਿਸੇ ਨੂੰ ਉਹ ਵੀ ਜਾ ਉਹਨਾਂ ਦੀ ਧਰਮ ਪਤਨੀ ਜਾਊਗੀ ਮਿਲਣ ਹਾਂ ਜਾਣਗੇ ਉਹਨਾਂ ਡੈਡੀ ਦਾ ਨਾਮ ਹੈ ਰਾਜਿੰਦਰ ਸਿੰਘ ਪਿੰਡ ਬਾਜੇ ਕੇ ਤੇ ਤੁਸੀਂ ਪਿਤਾ ਜੀ ਉਹ ਮਿਲ ਕੇ ਆਏ ਹੋ ਕਿੱਦਾਂ ਦੀ ਸਥਿਤੀ ਦੱਸੀ ਬਹੁਤ ਵਧੀਆ ਸਥਿਤੀ ਦੱਸੀ ਬਹੁਤ ਵਧੀਆ ਖਾਣਾ ਪੀਣਾ ਮਿਲਦਾ ਰਹਿਣ ਸਹਿਣ ਉਹਨਾਂ ਦਾ ਬਹੁਤ ਵਧੀਆ ਹੈ ਅਤੇ ਉਹੀ ਆ ਗੱਲ ਕਹਿੰਦੇ ਸਾਡੀ ਪੈਰਵਾਈ ਕਰੇ ਪੈਰਵਾਈ ਉਹਨੇ ਆਪਣੇ ਅੱਗੇ ਵੀ ਦੱਸਿਆ ਅਕਾਲ ਤਖ਼ਤ ਵਾਲੇ ਜਥੇਦਾਰ ਹਰਪ੍ਰੀਤ ਸਿੰਘ ਸਿਆਲਕਾ ਸਾਹਿਬ ਧਾਮੀ ਸਾਹਿਬ ਇਹ ਆਉਂਦੇ ਅਸੀਂ ਕਰਾਂਗੇ ਅਤੇ ਸਾਨੂੰ ਜੇ ਵੱਡੇ ਕੋਈ ਵਕੀਲ ਕੱਢਿਆ ਪੈਸੇ ਵੱਡੇ ਵੀ ਵਕੀਲ ਕਰਾਂਗੇ ਨਹੀਂ ਛੋਟੇ ਵਕੀਲਾਂ ਦੇ ਰਹਾਂਗੇ ਅਤੇ ਛੇਤੀ ਛੇਤੀ ਜਲਦੀ ਤੋਂ ਜਲਦੀ ਉਹਨੂੰ ਇੱਧਰ ਲਿਆਵਾਂਗੇ ਪੰਜਾਬ ਵਿੱਚ ਮਹੀਨਾ ਪੈ ਜਾਵੇ 20 ਦਿਨ ਪੈ ਜਾਣ ਅਸੀਂ ਛੇਤੀ ਤੋਂ ਛੇਤੀ ਉਹਨਾਂ ਦੇ ਪੈਰਵਾਈ ਕਰਕੇ ਅਤੇ ਪੰਜਾਬ ਵਿੱਚ ਉਹਨਾਂ ਲਿਆਵਾਂਗੇ ਕਿੱਦਾਂ ਦੀ ਸਥਿਤੀ ਦੱਸੀ ਯਾਰੀ ਜੇਲ੍ਹਾਂ ਦੀ ਅੰਦਰ ਜੇਲ੍ਹ ਤਾਂ ਤੁਹਾਨੂੰ ਪਤਾ ਜੇਲ੍ਹ ਹੀ ਹੁੰਦੀ ਹੈ ਹੁਣ ਜੇਲ੍ਹ ਸਾਫ਼ ਸੁਥਰੀ ਹੈ ਨਹੀਂ ਐਡੀ ਗੱਲ ਹੈ ਵਧੀਆ ਜੇਲ੍ਹ ਹੈ ਵੀ ਮੱਛਰ ਪਾਣੀ ਤੁਹਾਨੂੰ ਪਤਾ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈ ਜਿਹੜੀ ਜੇਲ੍ਹ ਹੈ ਬਾਜੇ ਗਿਰੇ ਤੋਂ ਇਹ ਨਹੀਂ ਪੁੱਛਿਆ ਕਿ ਤੂੰ ਭੱਜਿਆ ਨਹੀਂ ਉੱਥੋਂ ਜਦੋਂ ਪੁਲਿਸ ਪਿੱਛੇ ਪਈ ਭੱਜਿਆ ਨਹੀਂ ਉਹਦਾ ਮੈਂ ਭੱਜਣਾ ਹੀ ਨਹੀਂ ਸੀ ਆਉਂਦਾ ਮੈਂ ਪਹਿਲਾਂ ਵੀ ਇੱਕ ਦਿਨ ਸਾਨੂੰ ਘਰ ਆਉਂਦਾ ਸੀ ਮੈਂ ਲੈਬ ਹੋ ਗਏ ਪੁਲਿਸ ਦੇ ਜਦੋਂ ਲਾਉਂਦੀ ਮੈਂ ਭੱਜ ਥੋੜ੍ਹਾ ਰੋਜ਼ ਜਾਣਾ ਬਰੋ ਮੈਂ ਇੰਨਾ ਲੋਕ ਕਰੋੜਾਂ ਲੋਕ ਮੈਨੂੰ ਵੇਹਦੇ ਤਾਂ ਮੈਂ ਹੁਣ ਭੱਜਾ ਫਿਰ ਪੁਲਿਸ ਦੇ ਅੱਗੇ ਲਾ ਕੇ ਉਹਨੇ ਮੈਂ ਤਦ ਨਹੀਂ ਭੱਜਾ ਮੈਂ ਦੂਜਾ ਮੇਰੇ ਵਿੱਚ ਹੀ ਗਨਾਹ ਕੋ ਨਹੀਂ ਸਾਨੂੰ ਭੱਜਣਾ ਕਾਜਲੀ ਸੀ ਉਹ ਆਉਂਦਾ ਮੈਂ ਹਾਂ ਧਰਮਕੋਟ ਮੈਨੂੰ ਜਾਣਾ ਛੱਡ ਦੇਣਾ ਨੇ ਅਤੇ ਮੈਨੂੰ ਕੀ ਪਤਾ ਸੀ ਵੀ ਅੰਮ੍ਰਿਤਪਾਲ ਦੇ ਉਹਨਾਂ ਭੁਲੇਖੇ ਤਾਂ ਮੈਨੂੰ ਲਈ ਉੱਥੇ ਜਾਣਾ ਹੈ 2500 ਕਿਲੋਮੀਟਰ ਦੂਰ ਹੈ ਧਰਮਕੋਟ ਵੀ ਜਾਂਦਾ 20 ਮਿੰਟ ਮੈਨੂੰ ਸਾਰਾ ਰੱਖਿਆ ਨੇ ਉਦੋਂ ਗਾਂ ਮੈਨੂੰ ਜੂਨ ਅਤੇ ਬਠਿੰਡਿਓਂ ਜਹਾਜ਼ ਚੜ੍ਹਾਏ ਉੱਥੇ ਜਾ ਤਾਂ ਰਿਹਾ ਨੇ ਅਤੇ ਚਲੋ ਕੋਈ ਆਉਂਦਾ ਪਰੇਸ਼ਾਨੀ ਤਾਂ 2-4 ਦਿਨ ਆਈ ਤਾਂ ਹੁਣ ਮੇਰਾ ਠੀਕ ਹੈ ਅਤੇ ਬਸ ਮਹੀਨੇ ਦੋਵਾਂ 'ਚ ਸ਼ੈਂ ਤਾਂ ਵੀ ਮਹਾਰਾਜ ਘਰ ਹੀ ਲੈ ਆਵੇਗਾ ਤਾਂ ਨਾ ਤਾਂ ਉਹਨਾਂ ਆਖਿਆ ਵੀ ਅਸੀਂ ਤਾਂ ਇਹ ਸਰਕਾਰ ਨੂੰ ਅਪੀਲ ਕਰਦੇ ਵੀ ਛੇਤੀ ਛੇਤੀ ਜਲਦੀ ਤੋਂ ਜੇ ਇੱਧਰ ਲਿਆਂਦਾ ਜੇ ਬਣਦੀ ਕਾਰਵਾਈ ਜੇ ਉਹਨਾਂ ਨੇ ਕੀਤੀ ਜੇ ਨਹੀਂ ਬਣਦੀ ਤਾਂ ਨਾ ਕੀਤੀ ਜੇ ਅਤੇ ਅਸੀਂ ਤਾਂ ਭਗਵੰਤ ਮਾਨ ਨੂੰ ਵੀ ਇਹ ਬੇਨਤੀ ਕਰਨੇ ਤੇਰੇ ਮਗਰ ਕਿੰਨਾ ਜ਼ੋਰ ਲਾਇਆ ਵੀ ਜ਼ੋਰ ਲਾ ਕੇ ਤੈਨੂੰ ਵੋਟਾਂ ਪਵਾਈਆਂ ਵੀ 25,000 ਦਾ ਤੇਲ ਵੀ ਕੋਲੋਂ ਬਾਲਿਆ ਅਤੇ ਉਦੋਂ ਸਟੇਚਰ ਵੀ ਲਾਇਆ ਹੋਇਆ ਅਸੀਂ ਨੇ ਆਪਦੇ ਮੋਬਾਈਲ 'ਤੇ ਅਤੇ ਹੁਣ ਉਹ ਕਿਤੇ ਗਿਆ ਚਲਾ ਜਾਂਦੇ ਤੋਂ ਬੰਦਾ ਪੁੱਛਣ ਵਾਲਾ ਹੁਣ ਬੰਦਵੇਂ ਉਹਨਾਂ ਸਿੱਖ ਕੋ ਨਹੀਂ ਹੈਗਾ ਸਾਰੇ ਪੱਗਾਂ 'ਚ ਸਿਰ ਫਸਾਈ ਬੈਠੇ ਨੇ ਉਹ ਨਹੀਂ ਆ ਸਕਦੇ ਥੋੜ੍ਹਾ ਬਹੁਤਾ ਵੀ ਕਿੱਦਾਂ ਦਾ ਕੀਤਾ ਐਜੀਪੀਸੀ ਵੱਲੋਂ ਵਧੀਆ ਕੀਤਾ ਜਾ ਰਿਹਾ ਨਹੀਂ ਇਹਨਾਂ ਦਾ ਬਹੁਤ ਵਧੀਆ ਧੰਨਿਆ ਧੰਨਿਆ ਕਰਾਤੀ ਇਹਨਾਂ ਦਾ ਤਾਂ ਬਹੁਤ ਬਾਬੇ ਦੀ ਕਿਰਪਾ ਤਾਂ ਅਸੀਂ ਤਾਂ ਇਹਨਾਂ ਮਹਾਰਾਜ ਦੇ ਵਿੱਚ ਚੜ੍ਹਦੀ ਕਲਾ ਰਵੇ ਮੈਂ ਸੁਖਚੈਨ ਸਿੰਘ ਹੈ ਜੀ ਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਦਾ ਬ੍ਰਦਰ ਅਤੇ ਕੀ ਕਹਿਣਾ ਚਾਹੋਗੇ ਤੁਸੀਂ ਮਿਲ ਕੇ ਆਏ ਹੋ ਹਾਂਜੀ ਉਹਨਾਂ ਦੀ ਸਿਹਤ ਸੰਬੰਧੀ ਸਾਨੂੰ ਜਿਹੜਾ ਕੋਈ ਹੈ ਮਨ ਦੇ ਵਿੱਚ ਉਹ ਮਿਲ ਕੇ ਸਾਨੂੰ ਪੁੱਛੀ ਹੋਈ ਹੈ ਕੋਈ ਠੀਕ ਠਾਕ ਹੋ ਕਿੰਨਾ ਚਿਰ ਮੁਲਾਕਾਤ ਹੋਈ ਤੁਹਾਡੀ ਅੰਦਰ ਅਸੀਂ ਅੰਮ੍ਰਿਤਪਾਲ ਨੂੰ ਤਾਂ ਮੈਂ 20 ਮਿੰਟ ਮਿਲਿਆ ਹਰਜੀਤ ਸਿੰਘ ਨਾਲ ਜ਼ਿਆਦਾ ਟਾਈਮ ਹੋਇਆ ਲਗਭਗ ਦੋਨਾਂ ਦੇ ਨਾਲ ਪੂਰੀ ਮੁਲਾਕਾਤ 1 ਘੰਟਾ ਹੋਈ ਹੈ ਕੀ ਸਥਿਤੀ ਦੱਸੀ ਜਾ ਰਹੀ ਅੰਦਰ ਅੰਦਰ ਦੇਖੋ ਜੇਲ੍ਹ 'ਤੇ ਜੇਲ੍ਹ ਹੀ ਆ ਉਦਾਂ ਠੀਕ ਆ ਸੱਚੀ ਕਲਾ ਕੋਈ ਗੱਲ ਨਹੀਂ ਠੀਕ ਆ ਕੋਈ ਟੋਰਚਰ ਵਗੈਰਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਨਹੀਂ ਇਹੋ ਜਿਹਾ ਅਸੀਂ ਨਾ ਉਹਨਾਂ ਪੁੱਛਿਆ ਨਾ ਹੀ ਉਹਨਾਂ ਕੋਈ ਤੁਹਾਨੂੰ ਪਤਾ ਦਿੱਤਾ ਵਧੀਆ ਅੰਮ੍ਰਿਤਪਾਲ ਤੋਂ ਕੋਈ ਸਵਾਲ ਤੁਹਾਡੇ ਵੱਲੋਂ ਪੁੱਛਿਆ ਗਿਆ ਕਿ ਇੰਨੇ ਦਿਨ ਕਿੱਥੇ ਰਿਹਾ ਜਿਹੜਾ ਉੱਥੇ ਮੋਗੇ ਦੇ ਵਿੱਚ ਤਸਵੀਰ ਸਾਹਮਣੇ ਆਈ ਮੱਥਾ ਟੇਕਿਆ ਗਿਆ ਫਿਰ ਆਪਣੀ ਉਹ ਕਹਿੰਦੇ ਠੀਕ ਆ ਕੋਈ ਇਹੋ ਜਿਹੀ ਗੱਲ ਹੀ ਮੈਂ ਆਪ ਗ੍ਰਿਫਤਾਰ ਦਿੱਤੀ ਹੈ ਕੋਈ ਅਜੇ ਵੀ ਲੋਕਾਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਅੰਮ੍ਰਿਤਪਾਲ ਗ੍ਰਿਫਤਾਰੀ ਨਹੀਂ ਦਿੱਤੀ ਪੁਲਿਸ ਨੇ ਪਲੈਨ ਕੀਤਾ ਹੋਇਆ ਪਰ ਦੇਖੋ ਜਿੰਨਾ ਕੁ ਅਸੀਂ ਪੁੱਛਿਆ ਅਸੀਂ ਤਾਂ ਜ਼ਿਆਦਾ ਮਿਹਨਤ ਸਾਡੀਆਂ ਹੋਰ ਪਰਿਵਾਰਕ ਹੀ ਗੱਲਾਂ ਸੀ ਬਾਕੀ ਕੋਈ ਚਿੱਠੀ ਲਿਖੀ ਗਈ ਅੰਮ੍ਰਿਤਪਾਲ ਦੇ ਵੱਲੋਂ ਉਹ ਉਹਨਾਂ ਵਕੀਲਾਂ ਤੋਂ ਉਹਨਾਂ ਦੇ ਨਾਲ ਹੀ ਆ ਸਲਾਹ ਕਰਕੇ ਕਿ ਕੋਈ ਕਮੇਟੀ ਬਣਾ ਕੇ ਕੇਸ ਨੂੰ ਜਿਹੜਾ ਹੈਂਡਲ ਕੀਤਾ ਜਾ ਸਕਦਾ ਕੋਈ NS ਨੂੰ ਹਟਾਉਣ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਉਹ ਤਾਂ ਹੁਣ ਇਹੀ ਕਰਨਗੇ ਆਪਾਂ ਤੇ ਅਜੇ ਦੇਖੋ ਇਹਨਾਂ ਵਕੀਲਾਂ ਦੀ ਰਾਏ ਲੈ ਕੇ ਆਪਣਾ ਪੱਖ ਰੱਖਣ ਐਜੀਪੀਸੀ ਵੱਲੋਂ ਵੱਖਰਾ ਪੁਰਾਣਾ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਅਸੀਂ ਐਡੀ ਦੂਰ ਜਾ ਸਕੇ ਨਹੀਂ ਤਾਂ ਇਕੱਲੇ ਇਕੱਲੇ ਆਦਮੀ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ ਲੱਗਦਾ ਕਿ ਇੱਦਾਂ ਦੇ ਕਈ ਪਰਿਵਾਰ ਹੈਗੇ ਕਿ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਐਜੀਪੀਸੀ ਦਾ ਵੱਖਰਾ ਪੁਰਾਣਾ ਕੀਤਾ ਨਹੀਂ ਉਹਨਾਂ ਦਾ ਬਹੁਤ ਧੰਨਵਾਦ ਆ ਜਿੰਨੇ ਵੀ ਇਹ ਉੱਥੇ ਤੱਕ ਪਹੁੰਚਾਉਣ ਵਾਸਤੇ ਦਾ ਯੋਗਦਾਨ ਪਾਇਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਦੇਖੋ ਜੇ ਉਹਨਾਂ ਨੂੰ ਉਹਨਾਂ ਦਾ ਕੇਸ NSA 'ਤੇ ਦੇਖੋ ਜੇ ਤੋੜ ਕੇ ਇੱਧਰ ਲੈ ਆਉਣ ਤਾਂ ਸਭ ਤੋਂ ਚੰਗੀ ਗੱਲ ਜੋ ਬਾਕੀ ਜਿੰਨੇ ਨੇ ਕਰ ਰਹੇ ਕਹਿੰਦੇ ਠੀਕ ਕੋਈ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਪਰਿਵਾਰ ਨੂੰ ਹੁਣ ਜਾਊਗਾ ਮਿਲਣ ਹੁਣ ਕਿਉਂਕਿ ਅੱਗੇ ਹੋ ਗਈ ਆ ਕਿਸੇ ਨੂੰ ਉਹ ਵੀ ਜਾ ਉਹਨਾਂ ਦੀ ਧਰਮ ਪਤਨੀ ਜਾਊਗੀ ਮਿਲਣ ਹਾਂ ਜਾਣਗੇ ਉਹਨਾਂ ਡੈਡੀ ਜਾਣਗੇ